ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਅਜਾ 20247 ਦੇ YouTube ਚੈਨਲ ਤੇ ਮੇਰਾ ਨਾਮ ਰਾਜ ਮੈਂ ਤੁਹਾਡੇ ਲਈ ਇੱਕ ਇੰਪੋਰਟੈਂਟ ਸੈਸ਼ਨ ਲੈ ਕੇ ਆ ਗਿਆ ਬੇਟਾ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ 2023 24 ਦੇ ਲਈ ਰੀਜ਼ਨਿੰਗ ਕਲਾਸੀਫਿਕੇਸ਼ਨ ਜਿਹਦੇ ਵਿੱਚ ਆਪਾਂ ਤੁਹਾਡੇ 15 ਮੋਸਟ ਇੰਪੋਰਟੈਂਟ ਕੁਐਸਚਨ ਕਰਾਂਗੇ ਬੇਟਾ ਕਿੰਨੇ 15 ਮੋਸਟ ਇੰਪੋਰਟੈਂਟ ਕੁਐਸਚਨ ਕਰਾਂਗੇ ਜਿਹਦੇ ਵਿੱਚ ਆਪਾਂ ਦੇਖਾਂਗੇ ਜਿਹੜੇ ਪੇਪਰ ਚ ਬਾਰੀ-ਬਾਰੀ ਬੰਦੇ ਨੇ ਬੇਟਾ ਸਸ਼ੀਕਾਲ ਸਸ਼ੀਕਾਲ ਗੁੱਡ ਇਵਨਿੰਗ ਗੁੱਡ ਇਵਨਿੰਗ ਸਸ਼ੀਕਾਲ ਬੇਟਾ ਇੱਕ ਵਾਰੀ ਕਲਾਸ ਨੂੰ ਲਾਈਕ ਅਤੇ ਸ਼ੇਅਰ ਕਰ ਲਓ ਆਪਦੇ ਦਮ ਦੇ ਉੱਤੇ ਜਿਨ੍ਹਾਂ ਨੇ ਨਹੀਂ ਕੀਤੀ ਹੋਈ ਤਾਂ ਜੋ ਇਹ ਕਲਾਸ ਹਰ ਸਟੂਡੈਂਟ ਤੱਕ ਪਹੁੰਚ ਸਕੇ ਬੇਟਾ ਦੀਵਾਲੀ ਸੀ ਹਰੇਕ ਆਪਣੀ ਕਲਾਸ ਚੱਲੀ ਹੈ ਬੇਟਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਪ੍ਰੋਬਲਮ ਨਹੀਂ ਆਈ ਤੁਹਾਡੇ ਲਈ ਹਰੇਕ ਟੀਚਰ ਨੇ ਕਲਾਸ ਲਾਈ ਹੈ ਤਾਂ ਇੱਕ ਵਾਰੀ ਕਲਾਸ ਨੂੰ ਫਟਾਫਟ ਲਾਈਕ ਅਤੇ ਸ਼ੇਅਰ ਕਰ ਲੋ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਤਾਂ ਜੋ ਇਹ ਕਲਾਸ ਹਰ ਸਟੂਡੈਂਟ ਤੱਕ ਪਹੁੰਚ ਸਕੇ ਹਾਂਜੀ ਬੇਟਾ ਸਸ਼ੀਕਾਲ 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 ਗੁੱਡ ਇਵਨਿੰਗ ਗੁੱਡ ਇਵਨਿੰਗ ਸਸ਼ੀਕਾਲ ਤਾਂ ਕਲਾਸੀਫਿਕੇਸ਼ਨ ਆਡ 1 ਆਊਟ ਦਾ ਪਹਿਲਾ ਕੁਐਸਚਨ ਕੀ ਹੈ ਆਈ ਥਿੰਕ ਬੇਟਾ ਤੁਹਾਡੀ ਦੀਵਾਲੀ ਵਧੀਆ ਰਹੀ ਹੋਏਗੀ ਠੀਕ ਹੈ ओके ਸਾਰੇ ਨੇ ਖੁਸ਼ੀਆਂ ਦੇ ਨਾਲ ਦੀਵਾਲੀ ਮਨਾਈ ਹੋਏਗੀ ਤਾਂ ਬੇਟਾ ਫਾਈਂਡ ਦਾ ਆਡ ਵਰਡ ਅਜੀਬ ਲੱਭੋ ਗਾਜ਼ੀਆਬਾਦ ਬਖਰਾ ਲੱਭੋ ਗਾਜ਼ੀਆਬਾਦ ਬਾਰਾਨਸੀ ਗੋਰਖਪੁਰ ਜਾਂ ਬਾਗਲਪੁਰ ਦੱਸੋ ਜੀ ਇਹਨਾਂ ਚੋ ਡਿਫਰੈਂਟ ਕੀ ਹੈ ਇਹ ਆਪਾਂ ਕੁਐਸਚਨ ਬਹੁਤ ਵਾਰੀ ਕੀਤਾ ਹੋਇਆ ਹੈ ਤੇ ਮੈਂ ਜਾਣ ਜਾਣ ਕੇ ਦੁਬਾਰੇ ਕਰਾਨਾ ਕਿਉਂਕਿ ਪੇਪਰ ਦੇ ਵਿੱਚ ਆਏ ਹੋਏ ਨੇ ਤਾਂ ਦੇਖੋ ਇਹ ਤਿੰਨੇ ਸਿਟੀਜ਼ ਕਿਧੀਆਂ ਨੇ ਬੇਟਾ ਉੱਤਰ ਪ੍ਰਦੇਸ਼ ਦੀਆਂ ਇਹ ਤਿੰਨੇ ਸਿਟੀਜ਼ ਕਿਧੀਆਂ ਨੇ ਉੱਤਰ ਪ੍ਰਦੇਸ਼ ਦੀਆਂ ਯੂਪੀ ਦੀਆਂ ਸਿਟੀਜ਼ ਨੇ ਤਾਂ ਰਾਈਟ ਆਨਸਰ ਕੀ ਆਊਗਾ ਬਾਗਲਪੁਰ ਕਿਉਂ ਬਾਗਲਪੁਰ ਕਿੱਥੇ ਹੈ ਰਾਜੇ ਬਾਗਲਪੁਰ ਬਿਹਾਰ ਦੇ ਵਿੱਚ ਹੈ ਬਾਗਲਪੁਰ ਕਿੱਥੇ ਹੈ ਬਾਗਲਪੁਰ ਬਿਹਾਰ ਦੇ ਵਿੱਚ ਹੈ ਤਾਂ ਰਾਈਟ ਆਨਸਰ ਕੀ ਆ ਗਿਆ ਰਾਈਟ ਆਨਸਰ ਆਪਣੇ ਕੋਲੇ ਡੀ ਆ ਗਿਆ ਬਿਹਾਰ ਇਜ਼ ਦਾ ਰਾਈਟ ਆਨਸਰ ਇੰਨਾ ਸਾਰਿਆਂ ਚੋਂ ਅਲੱਗ ਕੀ ਹੈ ਬਾਗਲਪੁਰ ਹੈ ਅਗਲਾ ਕੁਐਸਚਨ ਪੀਸੋ ਡ੍ਰੈਮਕਾ ਸ਼ੋਰਾ ਜਾਂ ਬਾਠ ਹਾਂਜੀ ਪੀਸੋ ਡਰਾਮਕਾ ਸ਼ੋਰਾ ਜਾਂ ਬਾਠ ਜਿਹੜਾ ਇਹ ਟੋਪਿਕ ਹੈ ਨਾ ਬੇਟਾ ਇਹ ਟੋਪਿਕ ਤੁਹਾਡੀ ਪੂਰੀ ਤਿਆਰੀ ਦਾ ਕੰਬੀਨੇਸ਼ਨ ਹੈ ਚਾਹੇ ਜੀਐਸ ਹੈ ਚਾਹੇ ਇੰਗਲਿਸ਼ ਹੈ ਚਾਹੇ ਪੰਜਾਬੀ ਹੈ ਚਾਹੇ ਮੈਥ ਹੈ ਚਾਹੇ ਕੰਪਿਊਟਰ ਹੈ ਚਾਹੇ ਰੀਜ਼ਨਿੰਗ ਹੈ ਇਹਨਾਂ ਸਾਰਿਆਂ ਨੂੰ ਮਿਲਾ ਕੇ ਬਣਿਆ ਹੋਇਆ ਹੈ ਸਸ਼ੀਕਾਲ ਜੀ ਸਸ਼ੀਕਾਲ ਗੁੱਡ ਇਵਨਿੰਗ ਬੇਟਾ ਗੁੱਡ ਇਵਨਿੰਗ ਸਸ਼ੀਕਾਲ ਹਾਂਜੀ ਬੇਟਾ ਦੀਵਾਲੀ ਬਹੁਤ ਵਧੀਆ ਰਹੀ ਤਾਂ ਰਾਈਟ ਆਨਸਰ ਕੀ ਆਊਗਾ ਸ਼ੋਰਾ ਕਿਉਂਕਿ ਸ਼ੋਰਾ ਕੀ ਹੈ ਸ਼ੋਰਾ ਪਾਰਲੀਮੈਂਟ ਦਾ ਨਾਮ ਹੈ ਸ਼ੋਰਾ ਕੀ ਦਾ ਨਾਮ ਹੈ ਪਾਰਲੀਮੈਂਟ ਦਾ ਨਾਮ ਹੈ ਜਾਨਕੀ ਸੰਸਦ ਦਾ ਨਾਮ ਹੈ ਸ਼ੋਰਾ ਕੀ ਦਾ ਨਾਮ ਹੈ ਸ਼ੋਰਾ ਪਾਰਲੀਮੈਂਟ ਦਾ ਨਾਮ ਹੈ ਸੰਸਦ ਦਾ ਨਾਮ ਹੈ ਬਾਕੀ ਪੀਸੋ ਡ੍ਰਮਕਾ ਬਾਠ ਇਹ ਕੀ ਚੀਜ਼ ਹੈ ਰਾਜੇ ਇਹ ਆਪਣੇ ਕੋਲੇ ਕਰੰਸੀ ਹੈ ਕਰੰਸੀ ਹੈ ਅਲੱਗ-ਅਲੱਗ ਕੰਟਰੀਜ਼ ਦੀ ਅਗਲਾ ਕੁਐਸਚਨ ਹਾਂਜੀ ਦੱਸੋ ਆਪਣੇ ਕੋਲੇ ਪੋਲੀਟੀਕਲ ਸਾਇੰਸ ਹਿਸਟਰੀ ਫਿਲਾਸਫੀ ਜਾਂ ਫਿਜ਼ਿਕਸ ਪੋਲੀਟੀਕਲ ਸਾਇੰਸ ਹਿਸਟਰੀ ਫਿਲਾਸਫੀ ਜਾਂ ਫਿਜ਼ਿਕਸ ਦੱਸੋ ਕੀ ਆਨਸਰ ਆਊਗਾ ਵੈਰੀ ਗੁੱਡ ਦੇਖਦੇ ਆ ਕੀ ਆਨਸਰ ਆਊਗਾ ਪੋਲੀਟੀਕਲ ਸਾਇੰਸ ਹਿਸਟਰੀ ਫਿਲਾਸਫੀ ਜਾਂ ਫਿਜ਼ਿਕਸ ਵੈਰੀ ਗੁੱਡ ਵੈਰੀ ਗੁੱਡ ਫਟਾਫਟ ਰਿਪਲਾਈ ਕਰੋ ਸਾਰੇ ਜਣੇ ਹਾਂਜੀ ਤਾਂ ਦੇਖੋ ਕੀ ਆਨਸਰ ਆਊਗਾ ਰਾਜੇ ਰਾਈਟ ਆਨਸਰ ਕੀ ਆਊਗਾ ਚਲੋ ਬੇਟਾ ਕਲਾਸ ਰਿਕਾਰਡਡ ਹੈ ਵੈਰੀ ਗੁੱਡ ਪਰ ਤੁਹਾਨੂੰ ਪੜਨ ਨੂੰ ਤਾਂ ਮਿਲ ਰਿਹਾ ਹੈ ਨਾ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਪੜਾਈ ਦੇ ਰਹੇ ਆ ਨਾ ਚਲੋ ਵੈਰੀ ਗੁੱਡ ਤਾਂ ਰਾਈਟ ਆਨਸਰ ਆਊਗਾ ਫਿਜ਼ਿਕਸ ਕਿਉਂਕਿ ਬੇਟਾ ਇਹ ਰਿਲੇਟ ਕਿਹਦੇ ਨਾਲ ਕਰਦੀ ਹੈ ਇਹ ਸਾਇੰਸ ਨਾਲ ਰਿਲੇਟ ਕਰਦੀ ਹੈ ਤੇ ਇਹ ਤਿੰਨੇ ਆਪਣੇ ਸੋਸ਼ਲ ਸਾਇੰਸ ਨਾਲ ਰਿਲੇਟ ਕਰਦੇ ਨੇ ਕਿਹਦੇ ਨਾਲ ਸੋਸ਼ਲ ਸਾਇੰਸ ਦੇ ਨਾਲ ਰਿਲੇਟ ਕਰਦੇ ਨੇ ਤੇ ਫਿਜ਼ਿਕਸ ਆਪਣੀ ਕਿਹਦੇ ਨਾਲ ਰਿਲੇਟ ਕਰਦੀ ਹੈ ਫਿਜ਼ਿਕਸ ਆਪਣੀ ਸਾਇੰਸ ਦੇ ਨਾਲ ਰਿਲੇਟ ਕਰਦੀ ਹੈ ਫਿਜ਼ਿਕਸ ਆਪਣੀ ਸਾਇੰਸ ਦੇ ਨਾਲ ਰਿਲੇਟ ਕਰਦੀ ਹੈ ਬਾਕੀ ਸਾਰੇ ਸੋਸ਼ਲ ਸਾਇੰਸ ਦੇ ਨਾਲ ਰਿਲੇਟ ਕਰਦੇ ਨੇ ਅਗਲਾ ਕੁਐਸਚਨ ਬੇਟਾ ਫਰੈਂਡਸ਼ਿਪ एंटीमिसी या अटैचमेंट या एनिमिटी हां जी ਦੱਸੋ ਕੀ ਆਨਸਰ ਆਊਗਾ ਦੋਸਤੀ ਦੋਸਤੀ ਲਗਾਵ ਜਾਂ ਦੁਸ਼ਮਣੀ ਦੱਸੋ ਕੀ ਆਨਸਰ ਆਊਗਾ ਦੋਸਤੀ ਦੋਸਤੀ ਲਗਾਵ ਜਾਂ ਦੁਸ਼ਮਣੀ ਫਟਾਫਟ ਦੱਸੋ ਕੀ ਆਨਸਰ ਆਊਗਾ ਫਰੈਂਡਸ਼ਿਪ ਇੰਟੀਮਿਸੀ ਅਟੈਚਮੈਂਟ ਜਾਂ ਐਮਿਟੀ ਤਾਂ ਬੇਟਾ ਆਪਾਂ ਨੂੰ ਪਤਾ ਹੀ ਲੱਗ ਰਿਹਾਗਾ ਪੰਜਾਬੀ ਤੋਂ ਪਤਾ ਲੱਗ ਰਿਹਾ ਕਿ ਇਹ ਇੱਕ ਦੂਜੇ ਦੇ ਸਿਨੋਨੀਮ ਵੀ ਆਪਾਂ ਕਹਿ ਸਕਦੇ ਹਾਂ ਤਾਂ ਰਾਈਟ ਆਨਸਰ ਕੀ ਆਊਗਾ ਰਾਈਟ ਆਨਸਰ ਆਊਗਾ ਬੇਟਾ ਦੁਸ਼ਮਣੀ ਰਾਈਟ ਆਨਸਰ ਕੀ ਆਊਗਾ ਦੁਸ਼ਮਣੀ ਇੰਨਾ ਚੋਂ ਅਲੱਗ ਹੈ ਕਿਉਂਕਿ ਬਾਕੀ ਸਾਰੇ ਇੱਕ ਦੂਜੇ ਦੇ ਸਿਨੋਨੀਮ ਨੇ ਦੁਸ਼ਮਣੀ ਅਲੱਗ ਹੈ ਬਾਕੀ ਸਾਰੇ ਇੱਕ ਦੂਜੇ ਦੇ ਸਿਨੋਨੀਮਸ ਨੇ ਅਗਲਾ ਕੁਐਸਚਨ ਬੇਟਾ ਦੇਖੋ ਹਾਂਜੀ ਬ੍ਰਾਸ ਸਟੀਲ ਬ੍ਰੌਂਜ਼ ਟਿਨ ਬ੍ਰਾਸ ਸਟੀਲ ਬ੍ਰੌਂਜ਼ ਟਿਨ ਇਹਨਾਂ ਸਾਰਿਆਂ ਦੀ ਬੇਟਾ ਪੀਡੀਐਫ ਜਿੰਨੇ ਵੀ ਮੈਂ ਕਲਾਸਾਂ ਲਾਈਆਂ ਨੇ 11 12 13 11 12 13 ਅੱਜ ਇਹ ਤੁਹਾਨੂੰ ਸਾਰੀਆਂ ਕਲਾਸਾਂ ਦੀ ਪੀਡੀਐਫ ਮੈਂ ਕੱਲੂ ਜਾਂ ਪਰਸੋਂ ਅਪਲੋਡ ਕਰ ਦੂੰਗਾ ਠੀਕ ਹੈ राजे ਕਲੀਅਰ ਹੈ ਕੱਲੂ ਜਾਂ ਪਰਸੋਂ ਮੈਂ ਤੁਹਾਡੇ ਲਈ ਇਹ ਅਪਲੋਡ ਕਰ ਦੂੰਗਾ ਟੈਨਸ਼ਨ ਨਾ ਲਓ ਕਮਿਊਨਿਟੀ ਤੇ ਸਾਰਾ ਕੁਝ ਮਿਲੇਗਾ ਵੈਰੀ ਗੁੱਡ ਕਈਆਂ ਦਾ ਆਨਸਰ ਟਿਨ ਆ ਰਿਹਾ ਹੈ ਕਈਆਂ ਦਾ ਸਟੀਲ ਆ ਰਿਹਾ ਹੈ ਦੇਖੋ ਜੀ ਇਹੀ ਗੱਲ ਹੈ ਮੈਂ ਬਾਰੀ-ਬਾਰੀ ਕਿਉਂ ਕਰਾਨਾ ਇਹ ਕੀ ਹੈ ਇਹ ਅਲੋਏ ਹੈ ਅਲੋਏ ਦਾ ਮਤਲਬ ਮਿਸ਼ਰਤ ਦੋ ਜਾਂ ਦੋ ਤੋਂ ਵੱਧ ਮੈਟਲ ਦਾ ਮਿਲ ਕੇ ਬਣਿਆ ਹੋਇਆ ਬਟ ਟਿਨ ਕੀ ਹੈ ਟਿਨ ਵੀ ਤਾਂ ਇੱਕ ਮੈਟਲ ਹੈ ਟਿਨ ਕੀ ਹੈ ਇੱਕ ਮੈਟਲ ਹੈ ਤਾਂ ਰਾਈਟ ਆਨਸਰ ਡੀ ਆ ਗਿਆ ਚਲੋ ਅਗਲਾ ਕੁਐਸਚਨ ਹਾਂਜੀ ਇੰਨਾ ਚੋ ਦੱਸੋ ਕੀ ਅਲੱਗ ਹੈ ਹਾਂਜੀ ਚਿਰਪ ਬਲੀਟ ਨੀ ਜਾਂ ਜੰਪ ਦੱਸੋ ਕੀ ਅਲੱਗ ਹੈ ਚਰਪ ਬਲੀਟ ਜੰਪ ਨਹੀਂ ਇਹ ਬੇਟਾ ਤੁਹਾਡੇ ਸੀਨੀਅਰ ਅਸਿਸਟੈਂਟ ਦੇ ਪੇਪਰ ਚ ਘੱਟੋ-ਘੱਟ 2 ਤੋਂ 3 ਕੁਐਸਚਨ ਆਣਗੇ ਸੀਨੀਅਰ ਅਸਿਸਟੈਂਟ ਦੇ ਪੇਪਰ ਚ 2 ਤੋਂ 3 ਕੁਐਸਚਨ ਤੁਹਾਨੂੰ ਮਿਲਣਗੇ ਹੀ ਮਿਲਣਗੇ ਤਾਂ ਰਾਈਟ ਆਨਸਰ ਕੀ ਆਊਗਾ ਜੰਪ ਆਊਗਾ ਕਿਉਂਕਿ ਇਹ ਆਪਣੀ ਫਿਜ਼ੀਕਲ ਐਕਟੀਵਿਟੀ ਹੈ ਇਹ ਆਪਣੀ ਫਿਜ਼ੀਕਲ ਐਕਟੀਵਿਟੀ ਹੈ ਤੇ ਬਾਕੀ ਕੀ ਹੈ ਰਜੇ ਬਾਕੀਆਂ ਕੀ ਨੇ ਆਵਾਜ਼ ਬਾਕੀ ਜਾਨਵਰਾਂ ਦੀ ਆਵਾਜ਼ ਹੈ ਠੀਕ ਹੈ ਜੀ ਬਾਕੀ ਜਾਨਵਰਾਂ ਦੀ ਆਵਾਜ਼ ਹੈ ਬਲੀਟ ਗੌਟ ਦੀ ਆਵਾਜ਼ ਹੈ ਚਿਰਪ ਚੀੜੀ ਦੀ ਆਵਾਜ਼ ਹੈ ਤੇ ਨੀ ਸਨੇਕ ਦੀ ਆਵਾਜ਼ ਹੈ ਤਾਂ ਯਾਦ ਰੱਖਿਓ ਰਾਈਟ ਆਨਸਰ ਕੀ ਆ ਗਿਆ ਰਾਈਟ ਆਨਸਰ ਜੰਪ ਆ ਗਿਆ ਕਿਉਂਕਿ ਇਹ ਫਿਜ਼ੀਕਲ ਐਕਟੀਵਿਟੀ ਹੈ ਵੇਲਸ ਸਕਾਟਲੈਂਡ ਨਿਊਜ਼ੀਲੈਂਡ ਜਾਂ ਇੰਗਲੈਂਡ ਦੱਸੋ ਕੀ ਆਨਸਰ ਆਊਗਾ ਵੇਲਸ ਸਕਾਟਲੈਂਡ ਇੰਗਲੈਂਡ ਨਿਊਜ਼ੀਲੈਂਡ ਹਾਂਜੀ ਧਿਆਨ ਨਾਲ ਦੱਸੋ ਕੀ ਆਨਸਰ ਆਊਗਾ ਵੈਰੀ ਗੁੱਡ ਵੈਰੀ ਗੁੱਡ ਸਾਰੇ ਜਣੇ ਰਿਪਲਾਈ ਕਰੋ ਬੇਟਾ ਬਹੁਤ ਅੱਛੇ ਬਹੁਤ ਅੱਛੇ ਕਾਲੂ ਬੇਟਾ ਸਵੇਰੇ 14 ਤਰੀਕ ਨੂੰ ਆਪਣੀ 10 ਵਾਲੀ ਕਲਾਸ ਇਨ ਲੱਗੂਗੀ 10 ਵਾਲੀ ਆਪਾਂ ਕੱਲੂ ਸ਼ਾਮ ਨੂੰ ਕਿਸੇ ਵੀ ਟਾਈਮ ਕਲਾਸ ਲੈ ਸਕਦੇ ਹਾਂ ਠੀਕ ਹੈ ਜੀ ਤਾਂ ਰਾਈਟ ਆਨਸਰ ਆਊਗਾ ਨਿਊਜ਼ੀਲੈਂਡ ਕਿਉਂਕਿ ਇਹ ਆਪਣੇ ਕੋਲੇ ਯੂਕੇ ਦੇ ਵਿੱਚ ਨਹੀਂ ਹੈਗੀ ਇਹ ਤਿੰਨੇ ਆਪਣੇ ਕੋਲੇ ਯੂਕੇ ਦੇ ਵਿੱਚ ਨੇ ਇਹ ਤਿੰਨੇ ਆਪਣੇ ਕੋਲੇ ਯੂਕੇ ਦੇ ਵਿੱਚ ਨੇ ਬਟ ਨਿਊਜ਼ੀਲੈਂਡ ਨਹੀਂ ਚਲੋ ਅਗਲਾ ਕੁਐਸਚਨ ਗਨ

ਇਹ ਡੈਗਰ ਆਊਗਾ ਕਿਉਂਕਿ ਆਪਾਂ ਇੱਥੇ ਕੋਈ ਰॉ ਮਟੀਰੀਅਲ ਨਹੀਂ ਯੂਜ਼ ਕਰਦੇ ਜਾਂ ਆਪਾਂ ਐਕਸਟਰਾ ਮਟੀਰੀਅਲ ਨਹੀਂ ਯੂਜ਼ ਕਰਦੇ ਠੀਕ ਹੈ ਜੀ ਦੇਖੋ ਐਟਮ ਬੰਬ ਦੇ ਵਿੱਚ ਬਰੂਧ ਯੂਜ਼ ਕਰਦੇ ਆ ਪਿਸਟਲ ਦੇ ਵਿੱਚ ਆਪਾਂ ਗੋਲੀ ਯੂਜ਼ ਕਰਦੇ ਆ ਗਨ ਦੇ ਵਿੱਚ ਗੋਲੀ ਯੂਜ਼ ਕਰਦੇ ਆ ਖੰਜਰ ਨੂੰ ਬੇਟਾ ਕਿਸੇ ਗੋਲੀ ਦੀ ਲੋਡ ਨਹੀਂ ਪੈਂਦੀ ਠੀਕ ਹੈ ਕਲੀਅਰ ਹੈ ਮਤਲਬ ਕਿ ਪਹਿਲਾਂ ਤਿਆਰ ਕਰਨ ਦੀ ਲੋਡ ਨਹੀਂ ਪੈਂਦੀ ਤਾਂ ਰਾਈਟ ਆਨਸਰ ਕੀ ਆ ਗਿਆ ਰਾਈਟ ਆਨਸਰ ਆਪਣੇ ਕੋਲੇ ਖੰਜਰ ਆਊਗਾ ਤਾਂ ਆਪਣੇ ਕੋਲੇ ਖੰਜਰ ਕੀ ਹੈ ਰਾਈਟ ਆਨਸਰ ਹੈ ਅਗਲਾ ਕੁਐਸਚਨ ਦੇਖੋ ਕੀ ਆਊਗਾ ਅਗਸਤ ਜੁਲਾਈ ਜੂਨ ਜਨਵਰੀ ਅਗਸਤ ਜੁਲਾਈ ਜੂਨ ਜਨਵਰੀ ਕਈ ਪਤਾ ਕੀ ਕਹਿਣਗੇ ਸਰ ਅਗਸਤ ਦਾ ਮਹੀਨਾ ਅਲੱਗ ਹੈ ਕਿਉਂ ਬਾਕੀ ਸਾਰਿਆਂ ਦਾ ਨਾਮ ਜੇ ਤੋਂ ਸ਼ੁਰੂ ਹੁੰਦਾ ਹੈ ਇੰਨਾ ਦਿਮਾਗ ਨਾ ਲਾਇਓ ਐਗਜ਼ਾਮੀਨਰ ਨੇ ਤੇ ਇੰਨਾ ਦਿਮਾਗ ਨਹੀਂ ਲਾਇਆ ਵੀ ਬਾਕੀ ਸਾਰਿਆਂ ਦਾ ਨਾਮ ਜੇ ਤੋਂ ਸ਼ੁਰੂ ਹੁੰਦਾ ਹੈ ਵੀ ਐਚਓ ਅਗਸਤ ਅਲੱਗ ਹੋ ਜਾਏਗਾ ਠੀਕ ਹੈ ਰਾਜੇ ਇਥੋਂ ਕੀ ਬਣੇਗਾ ਜਨਵਰੀ 31 ਦਾ ਮਹੀਨਾ ਹੈ ਜੂਨ 30 ਦਾ ਮਹੀਨਾ ਹੈ ਜੁਲਾਈ 31 ਦਾ ਮਹੀਨਾ ਹੈ ਅਗਸਤ 31 ਦਾ ਮਹੀਨਾ ਹੈ ਤਾਂ ਰਾਈਟ ਆਨਸਰ ਕੀ ਆ ਗਿਆ ਰਾਈਟ ਆਨਸਰ ਜੂਨ ਆਊਗਾ ਕਿਉਂਕਿ ਜੂਨ ਕੀ ਹੈ ਆਪਣੇ ਕੋਲੇ ਜੂਨ 31 ਦਾ ਨਹੀਂ 30 ਦਾ ਮਹੀਨਾ ਹੈ ਬਾਕੀ ਸਾਰੇ 31 ਦਾ ਜਨਵਰੀ ਵੀ 31 ਦਾ ਜੁਲਾਈ ਵੀ 31 ਦਾ ਤੇ ਅਗਸਤ ਵੀ 31 ਦਾ ਚਲੋ ਅਗਲਾ ਕੁਐਸਚਨ ਬਟ ਜੂਨ 30 ਦਾ ਮਹੀਨਾ ਹੈ ਹਾਂਜੀ ਅਗਲਾ ਕੁਐਸਚਨ ਕੀ ਕਹਿੰਦਾ ਬੇਟਾ ਦੇਖੋ ਬੈਂਗਲੌਰੂ ਪਟਨਾ ਬਾਗਲਪੁਰ ਰਾਂਚੀ ਬੈਂਗਲੌਰੂ ਪਟਨਾ ਭਾਗਲਪੁਰ ਰਾਂਚੀ ਦੱਸੋ ਕੀ ਆਨਸਰ ਆਏਗਾ ਬੈਂਗਲੌਰੂ ਪਟਨਾ ਭਾਗਲਪੁਰ ਰਾਂਚੀ ਵੈਰੀ ਗੁੱਡ ਵੈਰੀ ਗੁੱਡ ਦੱਸੋ ਕੀ ਆਨਸਰ ਆਏਗਾ ਇਹ ਤਾਂ ਪਤਾ ਹੋਣਾ ਚਾਹੀਦਾ ਹੁਣ ਹਾਂਜੀ ਬੈਂਗਲੌਰੂ ਕੀ ਦੀ ਰਾਜਧਾਨੀ ਹੈ ਕਰਨਾਟਕਾ ਦੀ ਪਟਨਾ ਕੀ ਦੀ ਰਾਜਧਾਨੀ ਹੈ ਬਿਹਾਰ ਦੀ ਰਾਂਚੀ ਕੀ ਦੀ ਰਾਜਧਾਨੀ ਹੈ ਝਾਰਖੰਡ ਦੀ ਬਟ ਭਾਗਲਪੁਰ ਆਪਣੇ ਕੋਲੇ ਕੀ ਹੈ ਭਾਗਲਪੁਰ ਇੱਕ ਸਿਟੀ ਹੈ ਬੇਟਾ ਕਿੱਥੋਂ ਦੀ ਬਿਹਾਰ ਦੀ ਕੀ ਦੀ ਸਿਟੀ ਹੈ ਬਾਗਲਪੁਰ ਬਿਹਾਰ ਦੀ ਸਿਟੀ ਹੈ ਸਿਟੀ ਆਫ ਬਿਹਾਰ ਬਾਕੀ ਕੀ ਨੇ ਬਾਕੀ ਸਾਰੀਆਂ ਰਾਜਸਤਾਨੀਆਂ ਨੇ ਚਲੋ ਅਗਲਾ ਕੁਐਸਚਨ ਹਾਂਜੀ ਡਾਇਮੰਡ ਰੂਬੀ ਮਾਰਬਲ ਜਾਂ ਸਫਾਇਰ ਜਾਨਕੀ ਹੀਰਾ ਰੂਬੀ ਮਾਰਬਲ ਜਾਂ ਨੀਲਮ ਕਰੋ ਕੀ ਅਨਸਰ ਆਏਗਾ ਵੇਰੀ ਗੁੱਡ ਵੈਰੀ ਗੁੱਡ ਹਰੇਕ ਬੱਚੇ ਦਾ ਰਿਪਲਾਈ ਆਣਾ ਚਾਹੀਦਾ ਜਿੰਨੇ ਜਣੇ ਕਲਾਸ ਦੇਖ ਰਹੇ ਹੋ ਕਿਉਂਕਿ ਜਿੰਨੇ ਜਣੇ ਕਲਾਸ ਦੇਖ ਰਹੇ ਹੋ ਮੇਰੇ ਲਈ ਓਨੇ ਹੀ ਬਹੁਤੋਂ ਬੇਟਾ ਠੀਕ ਹੈ ਕਿਉਂਕਿ ਆਪਾਂ ਭੀੜ ਨਹੀਂ ਇਕੱਠੀ ਕਰਨੀ ਹੁੰਦੀ ਆਪਾਂ ਨੂੰ ਓਨੇ ਬੱਚੇ ਹੀ ਚਾਹੀਦੇ ਨੇ ਕਲਾਸ 'ਚ ਜਿਹੜੇ ਕੁਝ ਕਰਨ ਦਾ ਜਜਵਾ ਰੱਖਦੇ ਹੋਣ ਤਾਂ ਰਾਈਟ ਆਨਸਰ ਆਊਗਾ ਮਾਰਵਲ ਕਿਉਂਕਿ ਇਹ ਮਹਿੰਗਾ ਨਹੀਂ ਹੁੰਦਾ ਇਹਦੇ ਗਹਿਣੇ ਨਹੀਂ ਬੰਦੇ ਇਹ ਮਹਿੰਗਾ ਨਹੀਂ ਹੁੰਦਾ ਇਹਦੇ ਗਹਿਣੇ ਨਹੀਂ ਬੰਦੇ ਇਸ ਕਰਕੇ ਰਾਈਟ ਆਨਸਰ ਕੀ ਆਊਗਾ ਰਾਈਟ ਆਨਸਰ ਮਾਰਵਲ ਆਊਗਾ अगला क्वेश्चन बेटा चलो हां जी ऑन्स डॉलर लीरा जेन ऑन्स डॉलर लीरा जेन करो की आंसर आऊगा वेरी गुड करो की आंसर आऊगा जेन लीरा डॉलर ऑन्स चलो ही चलो वेरी गुड वेरी गुड जेन लीरा डॉलर ऑन्स तो याद रखियो बेटा ये ने ਇਹ ਸਾਰੀਆਂ ਆਪਣੇ ਕੋਲੇ ਕੀ ਨੇ ਕਰੰਸੀਜ਼ ਨੇ ਬਟ ਔன்ஸ் ਕੀ ਹੈ ਔன்ஸ் ਇੱਕ ਮੈਜ਼ਰਮੈਂਟ ਯੂਨਿਟ ਹੈ ਔன்ஸ் ਕੀ ਹੈ ਇੱਕ ਮੈਜ਼ਰਮੈਂਟ ਯੂਨਿਟ ਹੈ ਕਿਸੇ ਵੀ ਚੀਜ਼ ਨੂੰ ਮੈਜ਼ਰ ਕਰਦੇ ਆ ਜਿਵੇਂ ਕੀ ਹੈ ਡਿਸਟੈਂਸ ਇੱਕ ਮੈਜ਼ਰਮੈਂਟ ਯੂਨਿਟ ਹੈ ਸੈਕਿੰਡ ਇਸ ਮੈਜ਼ਰਮੈਂਟ ਯੂਨਿਟ ਹੈ ਠੀਕ ਹੈ ਇਸੇ ਤਰ੍ਹਾਂ ਔਸ ਵੀ ਇੱਕ ਮੈਜ਼ਰਮੈਂਟ ਯੂਨਿਟ ਹੈ ਉੱਪਰ ਕੀ ਨੇ ਉੱਪਰ ਸਾਰੀਆਂ ਬੇਟਾ ਕਰੰਸੀਜ਼ ਨੇ ਸਾਰੀਆਂ ਕੀ ਨੇ ਮੁਦਰਾ ਨੇ ਠੀਕ ਹੈ ਜੀ ਚਲੋ ਅਗਲਾ ਕੁਐਸਚਨ ਅਗਲਾ ਕੁਐਸ਼ਨ ਕੀ ਕਹਿੰਦਾ ਬੇਟਾ ਦੇਖੋ ਸਾਸਰ ਟੰਬਲਰ ਕੜਾ ਜਾਂ ਜੱਗ ਜੱਗ ਪੇਚਰ ਟੰਬਲਰ ਜਾਂ ਸਾਸਰ ਵੈਰੀ ਗੁੱਡ ਵੈਰੀ ਗੁੱਡ ਹੁਣ ਦੇਖੋ ਬੇਟਾ ਟੰਬਲਰ ਕੀ ਹੁੰਦਾ ਟੰਬਲਰ ਇੱਕ ਗਲਾਸ ਹੁੰਦਾ ਹੈ ਟੰਬਲਰ ਇੱਕ ਗਲਾਸ ਹੁੰਦਾ ਹੈ ਸਾਸਰ ਕੀ ਹੁੰਦਾ ਆ ਤੁਹਾਡਾ ਚਾਹ ਵਾਲਾ ਕੱਪ ਹੈ ਨੀਚੇ ਜਿਹੜੀ ਇਹਦੀ ਪਲੇਟ ਹੁੰਦੀ ਹੈ ਇਸ ਨੂੰ ਕਹਿੰਦੇ ਨੇ ਬੇਟਾ ਸਾਸਰ ਇਸ ਨੂੰ ਕਹਿੰਦੇ ਨੇ ਸਾਸਰ ਠੀਕ ਹੈ ਇਸ ਨੂੰ ਕਹਿੰਦੇ ਨੇ ਸਾਸਰ ਦਾ ਰਾਈਟ ਆਨਸਰ ਕੀ ਆਊਗਾ ਰਾਈਟ ਆਨਸਰ ਸਸਰ ਆਊਗਾ ਕਿਉਂਕਿ ਬਾਕੀ ਸਾਰੇ ਸਟੋਰ ਕਰਨ ਦੇ ਕੰਮ ਆਉਂਦੇ ਨੇ ਜਾਂ ਪੀਣ ਦੇ ਕੰਮ ਆਉਂਦੇ ਨੇ ਪਾਣੀ ਚਲੋ ਅਗਲਾ ਕੁਐਸਚਨ ਹਾਂਜੀ ਬਾਸਕਟ ਬੈਰਲ ਬੈਗ ਬੋਰੋ ਬਾਸਕਟ ਬੈਰਲ ਬੈਗ ਬੋਰੋ ਕਰੋ ਕੀ ਆਨਸਰ ਆਊਗਾ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਹਰੇਕ ਦਾ ਆਨਸਰ ਆਣਾ ਚਾਹੀਦਾ ਹੈ ਧਿਆਨ ਨਾਲ ਦੇਖੋ ਆਪਣੇ ਕੋਲੇ ਹੁਣ ਬੈਰਲ ਕੀ ਹੁੰਦਾ ਹੈ ਬੈਰਲ ਬੇਟਾ ਇੱਕ ਤਰ੍ਹਾਂ ਦਾ ਢੋਲ ਹੁੰਦਾ ਹੈ ਬੈਰਲ ਕੀ ਹੁੰਦਾ ਇੱਕ ਤਰ੍ਹਾਂ ਦਾ ਢੋਲ ਹੁੰਦਾ ਹੈ ਬੈਰਲ ਕੀ ਹੁੰਦਾ ਇੱਕ ਤਰ੍ਹਾਂ ਦਾ ਢੋਲ ਹੁੰਦਾਗਾ ਠੀਕ ਹੈ ਬੈਰਲ ਕੀ ਹੁੰਦਾ ਢੋਲ ਹੁੰਦਾ ਹੈ ਇਹ ਵੀ ਸਟੋਰ ਕਰਨ ਦੇ ਕੰਮ ਆਉਂਦਾ ਬਾਸਕਟ ਵੀ ਸਟੋਰ ਕਰਨ ਦੇ ਕੰਮ ਆਂਦੀ ਹੈ ਬੈਗ ਵੀ ਸਟੋਰ ਕਰਨ ਦੇ ਕੰਮ ਆਂਦਾ ਬਟ ਬੈਰੋ ਸਟੋਰ ਕਰਨ ਦੇ ਕੰਮ ਨਹੀਂ ਆਂਦਾ ਚਲੋ ਅਗਲਾ ਕੁਐਸਚਨ ਬੇਟਾ ਹਾਂਜੀ ਸਨੀਸ ਵਿਸਲ ਸਨੋਰ ਕਫ ਚਿਕ ਸੀਟੀ ਖੁਰਾੜੇ ਖੰਗ ਤਾਂ ਦੱਸੋ ਇਹ ਚੋ ਕਿਹੜਾ ਡਿਫਰੈਂਟ ਹੈ ਚਿਕ ਸੀਟੀ ਖਰਾੜੇ ਜਾਂ ਖੰਗ ਦੱਸੋ ਜੀ ਇਹਨਾਂ ਚੋ ਕਿਹੜਾ ਡਿਫਰੈਂਟ ਹੈ ਹਾਂਜੀ ਇਹ ਚੋ ਕਿਹੜਾ ਡਿਫਰੈਂਟ ਹੁਣ ਧਿਆਨ ਨਾਲ ਦੇਖੋ ਬੇਟਾ ਛਿਕ ਵੀ ਨੈਚੁਰਲ ਹੈ ਬੀਸਲ ਨੈਚੁਰਲ ਨਹੀਂ ਹੈਗੀ ਖਰਾੜੇ ਨੈਚੁਰਲ ਹੈ ਖੰਗ ਨੈਚੁਰਲ ਹੈ ਤਾਂ ਰਾਈਟ ਆਨਸਰ ਕੀ ਆ ਗਿਆ ਰਾਈਟ ਆਨਸਰ ਬੇਸਲ ਆ ਗਿਆ ਬੇਸਲ ਆਪਣੇ ਕੋਲੇ ਨੈਚੁਰਲ ਨਹੀਂ ਹੈ ਬੇਸਲ ਆਪਣੇ ਕੋਲੇ ਨੈਚੁਰਲ ਨਹੀਂ ਹੈ ਬਾਕੀ ਸਾਰੇ ਕੀ ਚਾਹੁੰਦੇ ਨੇ ਬਾਕੀ ਸਾਰੇ ਆਪਣੇ ਕੋਲੇ ਨੈਚੁਰਲ ਦੇ ਵਿੱਚ ਆਉਂਦੇ ਨੇ ਬਾਕੀ ਸਾਰੇ ਆਪਣੇ ਕੋਲੇ ਨੈਚੁਰਲ ਦੇ ਵਿੱਚ ਆਉਂਦੇ ਨੇ ਜਿਹੜੀ ਆਪਾਂ ਐਨਾਲੋਜੀ ਕੀਤੀ ਹੈ ਇਸ ਨੂੰ ਕੀ ਕਹਿੰਦੇ ਨੇ ਇਸ ਨੂੰ ਵਰਡ ਐਨੈਲੋਜੀ ਕਹਿੰਦੇ ਨੇ ਇਸ ਤੋਂ ਬਾਅਦ ਨੰਬਰ ਐਨੈਲੋਜੀ ਵੀ ਹੁੰਦੀ ਹੈ ਤੇ ਅਲਫਾਬੈਟ ਐਨੈਲੋਜੀ ਵੀ ਹੁੰਦੀ ਹੈ ਆਪਾਂ ਹੌਲੀ ਹੌਲੀ ਕਰਕੇ ਸਾਰਾ ਕੁਝ ਕਰ ਲਾਂਗੇ ਰਾਤ ਨੂੰ 9 ਵਜੇ ਬੇਟਾ ਡੇਲੀ ਰੀਜ਼ਨਿੰਗ ਦੀ ਕਲਾਸ ਹੁੰਦੀ ਹੈ ਸੀਨੀਅਰ ਅਸਿਸਟੈਂਟ ਵਾਸਤੇ ਜਾਂ ਇਸ ਨੂੰ ਕੋਈ ਵੀ ਸਟੂਡੈਂਟ ਲਗਾ ਸਕਦਾ ਜਿਹਨੇ ਪੰਜਾਬ ਦਾ ਕੋਈ ਵੀ ਪੇਪਰ ਦੇਣਾ ਹੋਵੇ ਠੀਕ ਹੈ ਰਾਜੇ ਉਸ ਤੋਂ ਬਾਅਦ ਦੇਖੋ ਬੇਟਾ ਆਪਣੇ ਕੋਲੇ ਪੰਜਾਬ ਦੇ ਮਹਾਪੈਕ ਤੇ ਬੇਟਾ ਜਿਹੜਾ ਤੁਹਾਡਾ ਆਫਰ ਚੱਲ ਰਿਹਾ ਦਿਵਾਲੀ ਕਰਕੇ ਹੁਣ ਉਹਦੇ ਲਾਸਟ ਦਿਨ ਆ ਚੁੱਕੇ ਨੇ ਪਤਾ ਨਹੀਂ ਬੇਟਾ ਆਫਰ ਕਿਹੜੇ ਵੇਲੇ ਚਲਾ ਜਾਵੇ ਕਿਉਂਕਿ ਤੁਹਾਨੂੰ ਦੱਸਿਆ ਗਿਆ ਸੀ ਵੀ ਦਿਵਾਲੀ ਤੱਕ ਆਫਰ ਹੋ ਸਕਦਾ ਹੈ ਅੱਜ ਰਾਤ ਨੂੰ 12 ਵਜੇ ਜਾਂ ਕੱਲ ਰਾਤ ਨੂੰ 12 ਵਜੇ ਕੁਝ ਨਹੀਂ ਕਹਿ ਸਕਦੇ ਤਾਂ ਜਿਨੇ ਨਹੀਂ ਇਨਰੋਲ ਕੀਤਾ ਜਿਨੇ ਬਹੁਤ ਇੰਤਜ਼ਾਰ ਕਰ ਲਿਆ ਠੀਕ ਹੈ ਜੀ ਇਸ ਤੋਂ ਘੱਟ ਪ੍ਰਾਈਸ ਨਹੀਂ ਹੋਏਗਾ ਹਾਲ ਵੀ ਟਾਈਮ ਹੈਗਾ ਇਨਰੋਲ ਕਰਨ ਦਾ ਬੇਟਾ ਸਭ ਤੋਂ ਪਹਿਲਾਂ ਅੱਡਾ 247 ਦੀ ਐਪ ਤੇ ਜਾ ਕੇ ਡਾਟਾ ਫਿਲ ਕਰਕੇ ਪੰਜਾਬ ਸਟੇਟ ਸਟੋਰ ਤੇ ਜਾਣਾ ਸਟੋਰ ਤੋਂ ਬਾਅਦ ਬੇਟਾ ਲਾਈਵ ਕਲਾਸ ਲਾਈਵ ਕਲਾਸ ਤੋਂ ਬਾਅਦ ਇਸ ਤਰ੍ਹਾਂ ਤੁਹਾਡੇ ਕੋਲੇ ਬੈਚ ਆਣਗੇ ਉਹ ਚ ਪੰਜਾਬ ਦਾ ਮਹਾ ਪੈਕ ਹੋਏਗਾ ਵਿਊ ਆਫਰ ਤੇ ਕਲਿੱਕ ਕਰਕੇ ਬੇਟਾ ਪਹਿਲੇ ਦੋਨੇ ਕੋਡ ਛੱਡ ਦੇਣੇ ਨੇ ਇੱਥੇ ਡਿਸਕਾਊਂਟ ਕੱਟ ਮਿਲੇਗਾ ਕੋਡ ਲਾ ਲਿਓ 22527 ਸਾਹਮਣੇ ਜਾ ਕੇ ਅਪਲਾਈ ਕਰ ਦਿਓ ਫਿਰ ਕੁਆਇਨਸ ਯੂਜ਼ ਕਰ ਲਿਓ ਜੀ ਦੇ ਨਾਲ ਤੁਹਾਨੂੰ 1739 ਦੇ ਵਿੱਚ ਪੂਰੇ 2 ਸਾਲ ਵਾਸਤੇ ਪੰਜਾਬੀ ਪਲੱਸ ਇੰਗਲਿਸ਼ ਚ ਪੜਾਇਆ ਜਾਏਗਾ ਲਾਈਵ ਕਲਾਸਾਂ ਲਾਈਵ ਨਹੀਂ ਲਾਸਾਂ ਦੇ ਬਟਾ ਦਾ 2 ਸਾਲਾਂ ਤੱਕ ਰਿਕਾਰਡਡ ਮਿਲਣਗੀਆਂ ਜਿੰਨੀਆਂ ਵੀ ਕਲਾਸਾਂ ਹੋਣਗੀਆਂ ਸਾਰੀਆਂ ਬਟਾ ਜਿਹੜੀਆਂ ਲਾਈਵ ਚੱਲਣਗੀਆਂ ਉਹ 2 ਸਾਲ ਵਾਸਤੇ ਰਿਕਾਰਡਡ ਵੀ ਮਿਲਣਗੀਆਂ ਤਾਂ ਹਲ ਵੀ ਟਾਈਮ ਹੈਗਾ ਜਿਨੇ ਰੋਲ ਨਹੀਂ ਕੀਤਾ ਬਟਾ ਦੇਖੋ ਆ ਸਾਰਾ ਕੁਝ ਤੁਹਾਡੇ ਪੰਜਾਬ ਦੇ ਮਹਾਪੈਕਟ ਚ 2 ਸਾਲ ਵਾਸਤੇ ਹੈ ਇਹ ਕੋਡ ਕੀ ਲਾਣਾ ਹੈ Y527 ਪਲੱਸ ਕੁਆਇਨਜ਼ ਐਪ ਤੇ ਜਾ ਕੇ ਤਾਂ ਤੁਸੀਂ 1739 ਦੇ ਵਿੱਚ ਆਪਦੇ ਆਪ ਨੂੰ ਇਨਰੋਲ ਕਰ ਲੋਗੇ ਪੰਜਾਬ ਦੇ ਮਹਾਪੈਕ ਦੇ ਵਿੱਚ ਓਕੇ ਬੇਟਾ ਕਲੀਅਰ ਹੈ ਡਨ ਇਸ ਤੋਂ ਬਾਅਦ ਆਪਾਂ ਮਿਲਾਂਗੇ ਕੱਲ ਜਦੋਂ ਵੀ ਕਲਾਸ ਹੋਏਗੀ ਬੇਟਾ ਤੁਹਾਨੂੰ ਟਾਈਮ ਦਾ ਪਤਾ ਲੱਗ ਜਾਏਗਾ ਓਕੇ ਬਾਏ ਬਾਏ ਟੇਕ ਕੇਅਰ